ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਉਹਨੂੰ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਤੇ ਬਿਹਤਰੀਨ ਵੀਡੀਓ ਵੇਖੋ, ਸਭ ਤੋਂ ਪਹਿਲੇ ਤੇ ਜਾਨਵਰ ਖਰੀਦ ਸਕੋ। ਕੈਮਰਾਮੈਨ ਸਾਹਿਬ ਕਰਾਓ ਤਸੱਲੀ। ਮਾਸ਼ਾਅੱਲਾ, ਕਾਲੀ ਕੱਟ ਕਾਲੀ ਸ਼ਾਹ ਝੋਟੀ, ਮਾਸ਼ਾਅੱਲਾ ਮੁਸ਼ਕਨ ਝੋਟੀ ਹੈ, ਲਾਣੇ ਦੇਣੇ ਮੁਕੱਦਰ ਹੋਣਗੇ ਦੋਸਤੋ, ਸੌਦਾ ਨਾਲ ਨਸੀਬ ਦੇ। ਬਾਕੀ ਜਨਾਬ ਹਰ ਚੀਜ਼ ਜਨਾਬ ਕੈਮਰੇ ਨਜ਼ਰ ਹੈ, ਮਾਸ਼ਾਅੱਲਾ ਮੁੰਦਰੀ ਵਾਲਾ ਸਿੰਘ ਛੋਟਾ ਛੋਟਾ ਜਨਾਬ, ਬਰੀਕ ਬੂਥੀ ਲੰਬੀ ਧੌਣ ਕੈਮਰੇ ਨਜ਼ਰ ਹੈ, ਪੂੰਜ ਰੰਗੀ ਜਨਾਬ ਧੌਣ ਇਹਦੀ। ਬਾਕੀ ਜਨਾਬ ਇਵੇਂ ਹੀ ਸਮਝੋ ਜਿਵੇਂ ਕੱਪੜਾ ਰੇਸ਼ਮ ਦਾ ਉੱਤੇ ਪਾਇਆ, ਖਾਲੀ ਗੱਲਾਂ ਬਾਤਾਂ ਨਾਲ ਹੀ ਨਹੀਂ ਜਨਾਬ ਪੋਲ ਬਣਨੇ, ਕੈਮਰੇ ਨਜ਼ਰ ਹੁੰਦਾ ਦੋਸਤੋ, ਕਿਉਂਕਿ ਵਿਖਾਉਣਾ ਸਾਡਾ ਕੰਮ ਹੈ, ਵੇਖਣਾ ਮੇਰੇ ਸੱਜਣਾ ਅਤੇ ਵੀਰਾਂ ਦਾ। ਬਾਕੀ ਇਨਸ਼ਾਅੱਲਾ ਝੋਟੀ ਪੂਰੀ ਨਸਲ ਜ਼ਾਤ ਦੀ ਹੈ, ਕੈਮਰੇ ਨਜ਼ਰ ਹੈ ਇਨਸ਼ਾਅੱਲਾ। ਬਰੀਕ ਜੀ ਜਨਾਬ ਪੂਛਲ ਹੈ, ਥੋੜ੍ਹੀ ਜਿਹੀ ਸਫੈਦ ਹੈ, ਬਾਕੀ ਕਾਲੀ ਕੱਟ ਹੈ, ਕਾਲੀ ਹੈ ਸ਼ਾਹ ਅੱਖਾਂ, ਖੁੱਡਾ ਪੁੱਠਾ ਢਾਕ, ਕੈਮਰੇ ਨਜ਼ਰ ਹੈ, ਸੋਹਣਾ ਵਾਨਾ ਮਾਸ਼ਾਅੱਲਾ, ਸੋਹਣਾ ਗੁੱਲ ਲਾਈ ਖੜੀ, ਥਣ ਮਾਸ਼ਾਅੱਲਾ ਬੜਾ ਪਿਆਰਾ ਹੈ। ਬਾਕੀ ਇਹਦਾ ਜੋ ਡਿਟੇਲ ਹੈ, ਜੋ ਹਿਸਾਬ ਕਿਤਾਬ ਹੈ, ਸਾਰੀ ਡਿਟੇਲ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ, ਇਹ ਕਿੰਨੇ ਦੇ ਲੈਂਦੀ ਹੈ, ਕੀ ਇਹਦਾ ਹਿਸਾਬ ਕਿਤਾਬ ਹੈ, ਤਸੱਲੀ ਕਰਵਾਵਾਂਗੇ ਆਪਣੇ ਵੀਰਾਂ ਨੂੰ ਇਨਸ਼ਾਅੱਲਾ। ਅਸਲ ਨੀਲੀ ਦੇ ਜਾਨਵਰ ਇਨਸ਼ਾਅੱਲਾ ਗੁਲਾਮ ਅਹਿਮਦ ਚੈਨਲ 'ਤੇ ਪਾਏ ਜਾਂਦੇ ਨੇ, ਇਨਸ਼ਾਅੱਲਾ ਸਫ਼ਰ ਕਰਕੇ ਪਾਏ ਜਾਂਦੇ ਨੇ। ਅਤੇ ਬਾਕੀ ਜਨਾਬ ਇਨਸ਼ਾਅੱਲਾ ਕੈਮਰੇ ਦੀ ਅੱਖ ਹੁੰਦੀ ਜਿਹੜੀ ਇਨਸ਼ਾਅੱਲਾ ਅੱਗਾ ਪਿੱਛਾ ਨਹੀਂ ਕਰਦੀ, ਹਰ ਚੀਜ਼ ਜਨਾਬ ਕੈਮਰੇ ਨਜ਼ਰ ਹੁੰਦੀ ਹੈ। ਝੋਟੀ ਵੇਖਦੇ ਪਏ ਜੋ ਮੇਰੇ ਸੱਜਣ ਅਤੇ ਵੀਰੋ, ਇਨਸ਼ਾਅੱਲਾ ਬਿਲਕੁਲ ਬਰੀਕ ਹੈ ਜਿਵੇਂ ਕੱਪੜਾ ਹੁੰਦਾ। ਬਾਕੀ ਤੌਣ ਮਾਸ਼ਾਅੱਲਾ ਬਿਲਕੁਲ ਲੰਮੀ ਕੂੰਜ ਰੰਗੀ, ਛੋਟਾ ਛੋਟਾ ਮੁੰਦਰੀ ਵਾਲਾ ਸਿੰਘ ਹੈ, ਤੁੰਨੀ ਕੋਈ ਨਹੀਂ, ਕੌੜੀ ਕੋਈ ਨਹੀਂ, ਬਿਲਕੁਲ ਜਨਾਬ ਹਰ ਤਰ੍ਹਾਂ ਦੀ ਜਨਾਬ ਇਹ ਬਿਲਕੁਲ ਬਰੀਕ ਹੈ, ਕਾਲੀ ਕੱਟ ਸ਼ਾਹ ਅੱਖਾਂ ਨੇ ਜਨਾਬ ਇਹਦੀਆਂ ਕਾਲੀਆਂ, ਕੈਮਰੇ ਨਜ਼ਰ ਹੈ। ਬਾਕੀ ਜੋ ਡਿਟੇਲ ਹੈ ਸਾਰੀ ਜਨਾਬ ਮਾਲਕ ਤੋਂ ਲੈਣੇ। ਇੱਧਰ ਆਖੋ ਭਾਈ, ਇਹਦੇ ਪੈਰ ਨੇ ਜਨਾਬ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ, ਇਨਸ਼ਾਅੱਲਾ ਕੈਮਰੇ ਨਜ਼ਰ 'ਚ ਨੇ ਜਨਾਬ, ਬਿਲਕੁਲ ਬਰੀਕ ਹੈ ਜਿਵੇਂ ਰੇਸ਼ਮ ਦਾ ਕੱਪੜਾ ਦਾ। ਕੈਮਰਾਮੈਨ ਸਾਹਿਬ ਇਹ ਵਿਖਾਓ, ਇਹ ਕੱਢੀ ਹੈ ਜਨਾਬ, ਅੱਗੋਂ ਨੀਵੀਂ ਝੋਟੀ ਅਤੇ ਪਿੱਛੋਂ ਜਨਾਬ ਉੱਚੀ ਹੈ, ਉੱਡੇ ਪੁੱਠੇ ਢਾਕ, ਕੈਮਰੇ ਨਜ਼ਰ ਹੈ। ਬਾਕੀ ਜਨਾਬ ਇਹ ਮੂੰਹ ਕਿਵੇਂ, ਜੋ ਇਹਦਾ ਹਿਸਾਬ ਕਿਤਾਬ ਹੈ ਸਾਰੀ ਇਨਸ਼ਾਅੱਲਾ ਮਾਲਕ ਤੋਂ ਡਿਟੇਲ ਲੈ ਕੇ ਦੇਵਾਂਗੇ, ਤਸੱਲੀਆਂ ਕਰਵਾਉਣੀਆਂ ਨੇ। ਕੈਮਰਾਮੈਨ ਸਾਹਿਬ ਇਹ ਤੌਣ ਵਿਖਾਓ, ਹਰ ਚੀਜ਼ ਜਨਾਬ ਇਹਦੀ ਕੈਮਰੇ ਨਜ਼ਰ 'ਚ ਲਿਆਓ, ਤਾਂ ਕਿ ਪਤਾ ਚੱਲੇ ਕਿ ਵਾਕਈ ਜਨਾਬ ਪਿਓਰ ਅਸਲ ਨੀਲੀ ਦੀ ਝੋਟੀ ਹੈ, ਖਾਲੀ ਗੱਲਾਂ ਨਾਲ ਹੀ ਨਹੀਂ ਕੰਮ ਚੱਲਣੇ ਇਨਸ਼ਾਅੱਲਾ। ਕਾਲੀ ਸ਼ਾਹ ਅੱਖ ਹੈ ਜਨਾਬ ਇਹਦੀ, ਬਰੀਕ ਬੂਥੀ, ਅਤੇ ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਹੋਣਗੇ ਇਨਸ਼ਾਅੱਲਾ। ਸਾਫ਼ ਸੁਥਰਾ ਜਾਨਵਰ ਆਪਣੇ ਭਰਾਵਾਂ ਵਾਸਤੇ ਇਨਸ਼ਾਅੱਲਾ ਸਫ਼ਰ ਕਰਕੇ ਅਤੇ ਕੱਢ ਕੇ ਲਿਆਈਦਾ, ਅਤੇ ਆਪਣੇ ਚੈਨਲ 'ਤੇ ਇਨਸ਼ਾਅੱਲਾ ਪਾਏ ਜਾਂਦੇ ਨੇ। ਅਸਲਾਮ ਅਲੈਕਮ ਭਾਈ ਜੀ। ਵਾਲੇਕੁਮ ਸਲਾਮ ਭਾਈ ਜੀ, ਕੀ ਹਾਲ ਚਾਲ ਹੈ? ਬਿਲਕੁਲ ਠੀਕ ਠਾਕ ਜੀ, ਸ਼ੁਕਰ ਅੱਲਾਹ ਦਾ। ਆ ਆਪਣੀ ਜਿਹੜੀ ਝੋਟੀ ਹੈ, ਹਾਂਜੀ ਮਾਸ਼ਾਅੱਲਾ ਬਹੁਤ ਬਰੀਕ ਹੈ, ਬਹੁਤ ਬਰੀਕ, ਕੈਮਰੇ ਨਜ਼ਰ ਹੈ, ਆਪਾਂ ਦੱਸਣ ਦੀ ਜ਼ਰੂਰਤ ਹੀ ਨਹੀਂ। ਬਿਲਕੁਲ। ਤੇ ਇਹ ਕਿੰਨਵਾਂ ਸੁਆ ਸੁਣੀ? ਇਹ ਪਹਿਲਾਂ ਸੁਏ ਦੋਂਦੀ, ਹੁਣ ਚੌਗੀ ਹੋਈ ਆ, ਦੋ ਚੌਕ ਦੇ ਕੱਢੇ ਆ ਥੋੜੇ ਛੋਟੇ, ਅਜੇ ਹੁਣ ਚੌਕ ਦੇ, ਹਾਂ ਚੌਕ ਦੇ ਕੱਢਦੀ ਪਈ ਆ। ਤੇ ਕਿੰਨੇ ਕੁ ਦਿਨ ਲੈਂਦੀ ਸੁਣ? ਇਹ ਦਿਨ ਭਾਈ 10 ਤੋਂ 15 ਲਊਗੀ। 10 ਤੋਂ 15 ਲਵੇ ਜੀ। ਤੇ ਬਾਕੀ ਹਵਾਨਾ ਹੈ ਜਿਹੜਾ? ਬਾਕੀ ਹਵਾਨਾ ਹੈ ਇਨਸ਼ਾਅੱਲਾ ਭਾਈ, ਜਿੱਦੀ ਆਪ ਉਹਨਾਂ ਲੇਵਾ ਕਰੇਗੀ, ਕਰੇਗਾ ਜੀ ਮਜ਼ੀਦ ਇਨਸ਼ਾਅੱਲਾ। ਹਾਂ ਬਿਲਕੁਲ ਕਰੇਗੀ ਇਨਸ਼ਾਅੱਲਾ ਜੀ, 10 ਤੋਂ 15 ਦਿਨ ਝੋਟੀ ਪੈ ਟਾਈਮ 'ਚ ਰਹਿੰਦੇ ਆ ਪੂਰਾ, ਮਾਸ਼ਾਅੱਲਾ ਫੱਬੇ ਜੀ ਅੱਲਾ ਦੇ ਹੁਕਮ ਨਾਲ ਫੱਬੇਗੀ ਇਨਸ਼ਾਅੱਲਾ। ਤੇ ਬਾਕੀ ਇਹਦੇ ਥਣਾ ਕੋਈ ਘਾਟਾ ਵਾਧਾ ਗਿਲਟੀ ਮਰੋੜੀ? ਨਾ ਨਹੀਂ, ਬਿਲਕੁਲ 16 ਨੇ ਸਾਫ ਨੇ। ਇਧਰ ਆਓ ਸਾਡੇ ਕੋਲ। ਅੱਛਾ 16 ਨੇ? ਹਾਂਜੀ। ਤੇ ਐ ਅਸਲ ਨੀਲੀ ਦੀ? ਅਸਲ ਨੀਲੀ ਭਾਈ ਦੇਖਦੀ ਨਹੀਂ, ਅਸਲ ਨੀਲੀ ਦੀ ਨਿਸ਼ਾਨੀ ਆ ਸਾਡੇ ਵੀਰਾਂ ਨੂੰ। ਅਸਲ ਨਿਸ਼ਾਨੀ ਅੱਗੋਂ ਬਰੀਕ ਆ, ਪਿੱਛੋਂ ਚੌੜੀ ਆ, ਇੱਕ ਢੀ ਆ, ਪੂਛੋਂ ਬਰੀਕ ਆ। ਇਧਰ ਦੇਖੋ, ਦੇਖਦੇ ਪਏ, ਹਾਂ ਠੀਕ ਹੋ ਗਿਆ, ਸਾਰੀ ਇਕੱਠੀ ਹੋ ਗਈ। ਇਹ ਚਮੜੀ ਦੇਖੋ, ਜਿੱਥੋਂ ਚੂੰਡੀ ਪਾਉਂਦੇ ਉੱਥੋਂ ਹੀ, ਇਹ ਦੇਖੋ, ਇੱਥੋਂ ਮਾਝਰੀ ਚਮੜੀ ਨਹੀਂ ਪਈ, ਨਹੀਂ ਫੜੀ ਦੀ, ਇੱਥੇ ਬਿਲਕੁਲ ਨਰਮ ਹੈ, ਬਿਲਕੁਲ ਬਰੀਕ ਹੈ, ਰੇਸ਼ਮ ਤਰ੍ਹਾਂ। ਇਨਸ਼ਾਅੱਲਾ ਜਿਹੜਾ ਮਾਲ ਹੋਵੇਗਾ ਨੀਲੀ ਤੇ ਲੁੱਡਣ ਦਾ ਹੋਵੇਗਾ, ਬਾਕੀ ਇਨਸ਼ਾਅੱਲਾ ਸੀਨ ਸਭ। ਹਾਂ ਸੀਨ ਸਭ। ਇੱਧਰ ਦੇਖੋ, ਇਹ ਲੈ ਲਓ ਜੀ, ਇਹ ਦੇਖੋ, ਇਹ ਦੇਖੋ ਜਿਹੜੀ ਤੁਹਾਨੂੰ ਗੱਲ ਕੀਤੀ ਹੈ, ਇਹ
ਫਸਲੀ ਬਟੇਰੇ ਨੀ ਦੋ ਚਾਰ ਦਿਨ ਸਾਡਾ ਵੀ ਇੱਕ ਨਾ ਮਾਰਕੀਟ ਚ ਇਨਸ਼ਾਅੱਲਾ ਚੰਗਾ ਚੰਗਾ ਡੰਗਰ ਲਈ ਦੇ ਚੰਗਾ ਹੀ ਵੇਚੀ ਦਾ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਤੁਹਾਡੇ ਕੋਲ ਅੱਗੇ ਜਿੰਨੇ ਵੀ ਜਾਨਵਰ ਕਿਸੇ ਵੀ ਵੀਰ ਨੂੰ ਲੈ ਕੇ ਦਿੱਤੇ ਨੇ ਇਨਸ਼ਾਅੱਲਾ ਅੱਜ ਤੱਕ ਅਲਾਮਾ ਨਹੀਂ ਆਇਆ ਲਾਮਾ ਆਵੇਗਾ ਦੁੱਧ ਮਣੋ ਨਾ ਜਨਾਬ ਕਿਸੇ ਕਿਸਮ ਦਾ ਤਾਰ ਦਾ ਵੀ ਫਰਕ ਨਹੀਂ ਆਇਆ ਬਿਲਕੁਲ ਇਹ ਹੁਣ ਪਹਿਲਮ ਝੋਟੀ 10 ਤੋਂ 15 ਦਿਨ ਲੈਂਦੀ ਆ ਇਹਦੇ ਵੀ ਅਸੀਂ ਥਾਨ ਪਾਸ ਕੀਤੀ ਮਾਸ਼ਾਅੱਲਾ ਅੱਛਾ ਭਾਈ ਫੈਜ਼ ਇਹ ਗੱਲ ਮੁੱਕਦੀ ਮੁਕਾਈਏ ਹਾਂਜੀ ਇਹ ਹੁਣ ਆਪਾਂ ਨਾ ਆਪਣੇ ਵੀਰਾਂ ਨੂੰ ਇੱਕ ਗਿਫਟ ਹੀ ਦੇਣਾ ਹੈ ਤੇ ਗਿਫਟ ਵੇਖ ਕੇ ਮਹਿੰਗੀ ਨਹੀਂ ਦੱਸ ਦੇਣੀ ਯਾਰ ਗਿਫਟ ਤੇ ਜਿੰਨੇ ਆਪਣੇ ਝੋਟੀ ਕੋਈ ਵੀਰ ਜਾਵੇ ਨਾ ਉੱਥੇ ਇੱਕ ਤਾਂ ਵੇਖ ਕੇ ਖੁਸ਼ ਹੋ ਜਾਵੇ ਦੂਸਰਾ ਪੈਸਾ ਨੂੰ ਵੇਖ ਕੇ ਵੀ ਖੁਸ਼ ਹੋ ਜਾਵੇ ਬਿਲਕੁਲ ਯਾਰ ਝੋਟੀ ਮੈਂ ਨਾ ਭਾਈ ਜੀ ਇਹ ਆ ਕੱਟੀ ਦਾ ਰੇਟ ਕਰਨ ਨੂੰ ਭਾਵੇਂ 3.5 ਲੱਖ ਕੀਤੀ ਜਾ ਆਪਾਂ ਕੱਟੀ ਦੇ ਨਹੀਂ ਦੇਣੀ ਜਿੰਨੇ ਦੀ ਔਸਰ ਵੇਖ ਰਹੀ ਹੈ ਹਾਂਜੀ 2,60,000 ਦੀ 2,60,000 ਹਾਂ ਤੇ 2,60,000 ਰੁਪਏ ਵਿੱਚੋਂ ਵੀ ਤੈਨੂੰ ਪਤਾ ਅਸੀਂ ਪਿਆਰ ਮੁਕਤ ਕਰਵਾਉਂਦੇ ਹੁੰਦੇ ਬਿਲਕੁਲ ਕਰ ਦੇਣਾ ਠੀਕ ਹੈ ਤੇ ਬਾਕੀ ਗਰੰਟੀ ਮੁਕੰਮਲ ਹੈ 2,60,000 ਰੁਪਇਆ ਤੁਹਾਡਾ ਵੀਰ ਗੁਲਾਮ ਅਹਿਮਦ ਇਨਸ਼ਾਅੱਲਾ ਪੂਰਾ ਜਨਾਬ ਤਾਵਣ ਦੇ ਨਾਲ ਲੈ ਕੇ ਦੇਵੇਗਾ ਇਨਸ਼ਾਅੱਲਾ ਪੂਰੀ ਜਨਾਬ ਵਿੱਚੋਂ ਜਿੰਨੀ ਕੁ ਜਨਾਬ ਕੋਸ਼ਿਸ਼ ਹੋਈ ਸਾਡੀ ਇਨਸ਼ਾਅੱਲਾ ਉਹਦੇ ਵਿੱਚੋਂ ਜਨਾਬ ਰੇਟ ਦੇ ਵਿੱਚੋਂ 2,60,000 ਰੁਪਏ ਦੇ ਵਿੱਚੋਂ ਪਿਆਰ ਮੁਹੱਬਤ ਕਰਵਾਵਾਂਗੇ ਬਾਕੀ ਜਨਾਬ ਕੈਮਰੇ ਹੀ ਨਜ਼ਰ ਹੈ ਜੋ ਇਹਦਾ ਹਿਸਾਬ ਕਿਤਾਬ ਹੈ ਸਾਰੀ ਡਿਟੇਲ ਮਾਲਕ ਤੋਂ ਲੈ ਕੇ ਦਿੱਤੀ ਹੈ ਗਰੰਟੀ ਇਨਸ਼ਾਅੱਲਾ ਤਾਰ ਇੱਕ ਤਾਰ ਦੀ ਵੀ ਗਰੰਟੀ ਇਨਸ਼ਾਅੱਲਾ ਆਪਣੀ ਪੂਰੀ ਹੈ ਕੋਈ ਬੰਦਾ ਕਰ ਲੈ ਜਾਵੇ ਭਾਈ ਫੈਜ਼ ਹਾਂ ਉੱਥੇ ਜਾ ਕੇ ਵੀ ਇਨਸ਼ਾਅੱਲਾ ਆਪਣੀ ਗਰੰਟੀ ਉੱਥੇ ਜਾ ਕੇ ਵੀ ਥਾਨ ਪਾਸ ਕਰ ਲਵੇ ਮਸਲਾ ਹੋਵੇ ਤੇ ਅਸੀਂ ਜ਼ਿੰਮੇਦਾਰ ਠੀਕ ਹੋ ਗਿਆ 2,60,000 ਰੁਪਏ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਬਾਕੀ ਜਨਾਬ ਕੈਮਰੇ ਹੀ ਨਜ਼ਰ ਹੈ ਇਨਸ਼ਾਅੱਲਾ ਆਪਣਾ ਨੰਬਰ ਹੁੰਦਾ 0348-067-8468 ਇਹੀ ਆਪਣਾ ਇਮੋ ਨੰਬਰ ਹੈ ਇਹੀ ਆਪਣਾ ਵਟਸਐਪ ਨੰਬਰ ਹੈ ਤੁਹਾਨੂੰ ਮਿਲਾਂਗੇ ਇਨਸ਼ਾਅੱਲਾ ਇੱਕ ਅੱਛੀ ਤੇ ਬਿਹਤਰੀਨ ਅਗਲੀ ਵੀਡੀਓ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ